ਸੋ ਇਸ ਇੰਡਸਟਰੀ ਬਾਰੇ ਕਰਨਾ ਜਿਹੜੇ ਪਿਛਲੇ 6 7 8 ਸਾਲ ਰਹੇ ਨੇ ਕੀ ਸਭ ਤੋਂ ਵੱਡੀ ਗੱਲ ਕੀ ਸਿੱਖੀ ਆ ਸਭ ਤੋਂ ਵੱਡੀ ਗੱਲ ਤਾਂ ਪੇਸ਼ੈਂਸ ਸਿੱਖੀ ਜ਼ਰੂਰ ਤੇ ਗੱਲ ਹੋਰ ਮੈਂ ਸਿੱਖੀ ਵੀ ਐਂਡ ਆਫ ਦਿ ਡੇ ਤੁਹਾਨੂੰ ਆਪਣੇ ਲਈ ਆਪ ਹੀ ਕਰਨਾ ਪੈਣਾ ਕੋਈ ਬੰਦਾ ਇੱਥੇ ਕਿਸੇ ਦਾ ਨਹੀਂ ਹੈਗਾ ਜੀ ਐਂਡ ਆਫ ਦਿ ਡੇ ਮੇਨ ਚੀਜ਼ ਜਿਹੜੀ ਮੈਟਰ ਕਰਦੀ ਉਹ ਹੈ ਮਨੀ ਫੇਮ ਵੀ ਹਲੇ ਬਹੁਤ ਘੱਟ ਮੈਟਰ ਕਰਦਾ ਪਰ ਜੋ ਜੋ ਮੇਰਨਾ ਹੋਇਆ ਹਨ ਸਿੱਖਣ ਨੂੰ ਮੈਨੂੰ ਮਿਲਿਆ ਪੈਸਾ ਇੱਕ ਇੱਕ ਟਾਈਮ ਇਦਾਂ ਦਾ ਹੁੰਦਾ ਵੀ ਮੂਰਲੇ ਬੰਦਾ ਚਾਹੇ ਥੋੜਾ ਜਿਗਰੀ ਯਾਰ ਉਹਦੇ ਲਈ ਜੇ ਉਹਨੂੰ ਦਿਖ ਰਿਹਾ ਵੀ ਉਧਰ ਕਰੋੜ ਰੁਪਈਆ ਬਣ ਰਿਹਾ ਤੇ ਇਧਰ ਮੇਰਾ ਜਿਗਰੀ ਯਾਰ ਖੜਾ ਤਾਂ ਉਹ ਆਬਵੀਅਸਲੀ ਕਰੋੜ ਰੁਪਈਆ ਵੱਲ ਜਾਊਗਾ ਕਿਉਂਕਿ ਉਹਨੇ ਆਪਣੀ ਫੈਮਿਲੀ ਬਾਰੇ ਸੋਚਣਾ ਅਗਲੇ ਦੇ ਲੱਖ ਕੁਝ ਮਜਬੂਰੀਆਂ ਹੁੰਦੀਆਂ ਨੇ ਮੈਨੂੰ ਨਹੀਂ ਪਤਾ ਸ਼ਾਇਦ ਉਹ ਠੀਕ ਵੀ ਹੋਵੇ ਪਰ ਮੈਂ ਹੀ ਸਿੱਖਣਾ ਮਿਲਿਆ ਵੀ ਐਂਡ ਅਟ ਸਾਨੂੰ ਆਪਣੇ ਲਈ ਕਰਨਾ ਪੈਣਾ ਜੋ ਵੀ ਤੁਸੀਂ ਕਰਨਾ ਕਿਸੇ ਨੇ ਆ ਕੇ ਤੁਹਾਡੀ ਬਾਹ ਫੜ ਕੇ ਨਹੀਂ ਕਰਾਉਣਾ ਤੇ ਦੂਜੀ ਗੱਲ ਪੇਸ਼ੈਂਸ ਤੁਹਾਨੂੰ ਰੱਖਣੀ ਪੈਣੀ ਕਿਉਂਕਿ ਰੱਬ ਇੱਕ ਨਾ ਇੱਕ ਦਿਨ ਸੁਣਦਾ ਹੀ ਹੈ ਜੇ ਤੁਹਾਡੇ ਜਿਗ ਗੀਤਕਾਰੀ ਨਾਲ ਸ਼ੁਰੂਆਤ ਕੀਤੀ ਤੁਸੀਂ ਬਿਲਕੁਲ ਜੀ ਗੀਤਕਾਰਾਂ ਵਾਸਤੇ ਉਹਨਾਂ ਉਹਨੀ ਸ਼ੋਹਰਤ ਉਹਨਾਂ ਪੈਸਾ ਉਹਨਾਂ ਨਾਂ ਨਹੀਂ ਹੈ ਨਹੀਂ ਹੈਗਾ ਇੰਡਸਟਰੀ ਦੇ ਵਿੱਚ ਜਿੰਨਾ ਕਿ ਜਿੰਨੀ ਮੁਹੱਬਤ ਗਾਇਕਾ ਨੂੰ ਮਿਲਦੀ ਹੈ 100% ਉਹੀ ਵਜ੍ਹਾ ਹੈ ਕਿ ਗੀਤਕਾਰ ਜਿਹੜੇ ਨੇ ਅਕਸਰ ਗਾਇਕੀ ਦੇ ਵਿੱਚ ਹੌਲੀ ਹੌਲੀ ਕਦਮ ਰੱਖਣਾ ਸ਼ੁਰੂ ਕਰ ਦਿੰਦੇ ਮੇਰੀ ਤਾਂ ਇਹੀ ਵਜ੍ਹਾ ਸੀਗੀ ਮੈਂ ਜਦੋਂ ਸ਼ੁਰੂ ਕੀਤਾ ਸੀ ਲਿਖਣਾ ਮੈਂ 13 14 ਸਾਲਾਂ ਦਾ ਸੀਗਾ ਜਦੋਂ ਮੈਨੂੰ ਪਤਾ ਲੱਗਿਆ ਵੀ ਮੈਨੂੰ ਲਿਖਣਾ ਆ ਗਿਆ ਸ਼ਾਇਦ ਉਹ ਤੋਂ ਪਹਿਲਾਂ ਵੀ ਮੈਂ ਸ਼ੁਰੂ ਕਰਤਾ ਹੋਵੇ ਪਰ ਜਦੋਂ ਮੈਨੂੰ ਮੈਂ ਗਾਣਾ ਲਿਖਿਆ ਸੀਗਾ ਤੇ ਮੈਨੂੰ ਪਤਾ ਲੱਗ ਗਿਆ ਵੀ ਯਾਰ ਆ ਗਾਣਾ ਸੱਚੀ ਵਧੀਆ ਲਿਖੋ ਗਿਆ ਤੇ ਮੇਰੇ ਨਾਲ ਦੇ ਨੇ ਵੀ ਮੈਨੂੰ ਦੱਸਿਆ ਵੀ ਜਿਹੜੇ ਮੇਰੇ ਤੋਂ ਵੱਡੇ ਸੀਗੇ ਆਫੀਸਲੀ ਹੁਣ ਵੀ ਜਿਹੜਾ ਮੇਰਾ ਕਰੂ ਹੈ ਸਾਰਾ ਮੇਰੇ ਤੋਂ ਸਾਰੇ ਏਜ ਵਿੱਚ ਵੱਡੇ ਆ ਮੈਂ ਸਾਰਿਆਂ ਤੋਂ ਛੋਟਾ ਹਾਂ ਪਰ ਮੈਨੂੰ ਉਹਦੇ ਨਾਲ ਦੇ ਨੇ ਦੱਸਣਾ ਲੱਗਾ ਤੇ ਜਦੋਂ ਮੈਂ ਪਹਿਲਾਂ ਲਿਖ ਲਿਖ ਕੇ ਦੇਈ ਜਾਂਦਾ ਸੀਗਾ ਸਹੀ ਸੀਗਾ ਟਾਈਮ ਨਾਲ ਦੇ ਇੱਕ ਦੋ ਪਿੰਡਾਂ 'ਚ ਪਤਾ ਲੱਗ ਗਿਆ ਵੀ ਮੁੰਡਾ ਲਿਖਦਾ ਕਰਨ ਕਰਾਲੇ ਦਾ ਹੈਗਾ ਕੋਈ ਤੇ ਮੈਂ ਆਪਣੇ ਨਾਮ ਪਾਉਂਦਾ ਸੀ ਕਰਨ ਕਰਾਲੇ ਦਾ ਹਨਾ ਮੇਰਾ ਨੇਮ ਟੈਗ ਹੁੰਦਾ ਸੀ ਪਰ ਜਦੋਂ ਮੈਂ ਤਿੰਨ ਚਾਰ ਗਾਣਿਆਂ ਦੇ ਉੱਤੇ ਇੱਕ ਗਾਣਾ ਹੁਣ ਮੈਂ ਨਾਮ ਤਾਂ ਨਹੀਂ ਲਊਂਗਾ ਕਿਸੇ ਦਾ ਪਰ ਇੱਕ ਗਾਣਾ ਹੋਰ ਦਿੱਤਾ ਮੈਂ ਹਨਾ ਉਹਦੇ ਨਾਲ ਉਹ ਬੰਦੇ ਦਾ ਵਧੀਆ ਚੱਲ ਗਿਆ ਉਸ ਅ ਗੁੱਡ Song ਤੇ ਪਰ ਮੈਂ ਉਹ ਤੋਂ ਮੈਂ ਆਬਵੀਅਸਲੀ ਇੱਥੇ ਮੈਂ ਆਇਆ ਸੀਗਾ ਜਦੋਂ ਮੈਂ ਇੱਥੇ ਗ੍ਰੇਡ 10 ਸੀਗਾ ਹਨਾ ਮੈਂ ਇੱਥੇ ਆ ਕੇ ਗ੍ਰੇਡ 11 ਇੱਥੇ ਕੀਤੀ ਗ੍ਰੇਡ ਹਾਲ ਚ ਮੈਨੂੰ ਕੈਕਟਰ ਆਊਟ ਕਰਦਾ ਸੀ ਉਹਨਾਂ ਚ ਉਹ ਯਾ ਦੈਟਸ ਦ ਪਾਰਟ ਦੈਟ ਆ ਵਾਂਟ ਮੋਰ ਇੰਟਰਸਟਿਡ ਇਨ ਬਟ ਦੈਟ ਵਾਸ ਕਜ਼ ਆਫ ਆਲ ਦਿਸ ਟੂ ਕਿਉਂਕਿ ਮੇਰਾ ਮੇਨ ਫੋਕਸ ਕੰਮ ਤੇ ਸੀਗਾ ਜੀ ਤੇ ਮੈਂ ਉਹ ਬੰਦੇ ਨੂੰ ਫੋਨ ਲਾਇਆ ਮੈਂ ਕਿਹਾ ਵੀਰੇ ਮੈਨੂੰ ਪੈਸੇ ਦੀ ਲੋੜ ਆ ਪੈਸੇ ਵੀ ਕਿੰਨੇ ਦੀ ਲੋੜ ਸੀ ਮੈਨੂੰ 300 ਡਾਲਰ ਚਾਹੀਦਾ ਸੀ ਉਹ ਟਾਈਮ ਤੇ ਜਿਸ ਵਕ ਇਸ ਮੈਂ ਟਿਕਟ ਲਾਉਣੀ ਸੀਗੀ ਮੇਰੇ ਕੋਲ 300 ਸੀਗਾ 600 ਦੀ ਟਿਕਟ ਆਉਣੀ ਹੁੰਦੀ ਸੀਗੀ ਉਹ ਤੇ ਮੈਂ ਲਾ ਕੇ ਜਾਣਾ ਸੀ ਟ੍ਰਾਂਟੋ ਆਪਣੇ ਗਾਣੇ ਰਿਕਾਰਡ ਕਰਨ ਉਹ ਕਹਿੰਦਾ ਬਾਈ ਮੇਰੇ ਕੋਲ ਹੈ ਨਹੀਂਗਾ ਤੇ ਮੈਂ ਰੋਜ਼ ਉਹਦੀ ਸਨੈਪਚਾਟ ਤੇ ਜਾਂ ਸੋਸ਼ਲ ਮੀਡੀਆ ਦੇਖਦਾ ਹੁੰਦਾ ਜੀ ਸ਼ੋ ਸ਼ੂ ਲਾਉਂਦਾ ਪ੍ਰੋਪਰ ਉਹੀ ਗਾਣੇ ਦੇ ਪਿੱਛੇ ਉਹਨੂੰ ਕੁਕ ਪੈਂਦੀ ਹੁੰਦੀ ਸੀ ਤੇ ਮੈਨੂੰ ਮੈਨੂੰ ਸੱਚੀ ਬਹੁਤ ਦੁੱਖ ਆ ਮੈਂ ਕਿਹਾ ਵੀ ਕੋਈ ਨਹੀਂ ਮੈਨੂੰ ਜਾਣਦਾ ਮੈਨੂੰ ਉਦੋਂ ਕਿਉਂਕਿ ਮੇਰਾ ਸੁਪਨਾ ਹੀ ਸੀਗਾ ਵੀ ਮੈਨੂੰ ਜਾਣਨ ਤੇ ਕਹਿਣ ਪਿੰਡ ਵੀ ਇਜਾਮਾ ਤੇ ਕਹਿਣ ਪੱਗੇ ਦਾ ਮੋਟਾ ਚੜਾਈ ਕਰ ਗਿਆ ਨਾ ਤੇ ਪੱਗਾ ਮੇਰੇ ਡੈਡੀ ਦਾ ਨਾਮ ਹੈ ਹਾਂਜੀ ਤੇ ਉਦੋਂ ਮੈਨੂੰ ਬਹੁਤ ਦਿਲ ਤੇ ਲੱਗਿਆ ਫਿਰ ਮੈਂ ਕਿਹਾ ਵੀ ਮਨਾ ਛੱਡ ਯਾਰ ਆਪ ਹੀ ਗਿਆ ਕਰਨਾ ਗਾਉਣਾ ਮੈਨੂੰ ਮਾੜਾ ਮੋਟਾ ਆਉਂਦਾ ਸੀਗਾ ਤੇ ਫਿਰ ਨਾਲ ਦੇ ਨੇ ਆਪਣੀ ਹੌਸਲਾ ਵਜਾਈ ਕੀਤੀ ਵਧੀਆ ਕਹਿੰਦੇ ਤੈਨੂੰ ਗਾਣਾ ਆਉਂਦਾ ਆਪ ਕਾਇ ਕਰ ਕਿਉਂਕਿ ਜਿਨ੍ਹਾਂ ਨੂੰ ਮੈਂ ਬਾਹਰ ਦਿੰਦਾ ਸੀ ਗਾਣਾ ਉਹਨਾਂ ਨੂੰ ਮੈਂ ਵਧੀਕ ਆ ਲੰਦਾ ਸੀ ਫਿਰ ਮੈਂ ਇੱਕ ਕੀਤਾ ਗਾਣਾ ਇੱਥੇ ਵੀਡੀਓ ਉਹਦੀ ਕੀਤੀ ਉਹ ਵੀ ਨਹੀਂ ਬਾਲਾ ਚੱਲਿਆ ਇਦਾਂ ਬੈਕ ਟੂ ਬੈਕ ਕਰਦਾ ਰਿਹਾ ਕਰਦਾ ਰਿਹਾ ਬਹੁਤ ਜਿਹੜੀ ਫੜਲੀ 15-16 ਸਾਲ ਦੇ ਸੀ ਜਦੋਂ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਸੀ ਸ਼ਾਇਦ ਇਸ ਤੋਂ ਵੀ ਘੱਟ ਉਮਰ ਦੇ ਉਦੋਂ ਜਦੋਂ ਗੀਤ ਲਿਖਣੇ ਸ਼ੁਰੂ ਕੀਤੇ ਸ਼ੁਰੂ-ਸ਼ੁਰੂ ਦੇ ਵਿੱਚ ਜਦੋਂ ਆਪਣੇ ਗੀਤ ਬਾਕੀ ਗਾਇਕਾਂ ਨੂੰ ਦਿੰਦੇ ਹੁੰਦੇ ਸੀ ਤਾਂ ਬਦਲੇ ਦੇ ਵਿੱਚ 300 ਡਾਲਰ ਵਾਸਤੇ ਵੀ ਕਈ ਵਾਰੀ ਬਹੁਤ ਸਾਰੀਆਂ ਮਿੰਤਾ ਕਰਨੀਆਂ ਪੈਂਦੀਆਂ ਅਜੋ ਹੀ ਮੁੰਡਾ ਇੱਕ ਅਜਿਹੇ ਮੁਕਾਮ ਤੇ ਹੈ ਕਿ ਲੋਕੀਂ ਤਰਸਦੇ ਨੇ ਕਿ ਉਹਨਾਂ ਵੱਲੋਂ ਗਾਏ ਹੋਏ ਗੀਤ ਇਹ ਮੁੰਡਾ ਲਿਖੇ ਕਰਨਾ ਅਜਲਾ ਦੀ ਕਹਾਣੀ ਬਹੁਤ ਹੀ ਇਨਸਪਾਇਰਿੰਗ ਕਹਾਣੀ ਹੈ ਜਦੋਂ ਵੀ ਇਹਨਾਂ ਬਾਰੇ ਸੁਣਨ ਨੂੰ ਪੜ੍ਹਨ ਨੂੰ ਮਿਲੇ ਮੈਨੂੰ ਬਹੁਤ ਇੰਟ੍ਰੀਗਿੰਗ ਲੱਗਾ ਔਰ ਇਸ ਦੀ ਵਜ੍ਹਾ ਇਹੀ ਸੀ ਕਿ ਇਸ ਏਸ ਇਨਸਾਨ ਦੇ ਵਿੱਚ ਇੰਨੀ ਹਿੰਮਤ ਇੰਨਾ ਜਜ਼ਬਾ ਇੰਨਾ ਹੁਨਰ ਕਿੱਥੋਂ ਆਇਆ ਸੋ ਕਿੱਥੋਂ ਆਇਆ ਇੰਨਾ ਜਜ਼ਬਾ ਇੰਨਾ ਹੁਨਰ ਇਹ ਸਾਰਾ ਕੁਝ ਕਿੱਥੋਂ ਮਿਲਦੀ ਹੈ ਇੰਨੀ ਹਿੰਮਤ ਸੱਚੀ ਦੱਸੋ ਜੀ ਰੱਬ ਹੀ ਸਾਰਾ ਕੁਝ ਕਰਨ ਵਾਲਾ ਜਾਂ ਮੇਰੇ ਮਾਪਿਓ ਜਿਹੜੇ ਉੱਪਰ ਬੈਠੇ ਦਿਖ ਰਿਹਾ ਮੈਨੂੰ ਇਹੀ ਲੱਗਦਾ ਹੁੰਦਾ ਕਦੇ-ਕਦੇ ਮੇਰੀ ਸਿਸਟਰ ਵੀ ਮੈਨੂੰ ਇਹੀ ਕਹਿੰਦੀ ਹੁੰਦੀ ਮੇਰੇ ਯਾਰ ਬਿੱਲੀ ਵੀ ਇਹੀ ਕਹਿੰਦਾ ਵੀ ਉਹਨਾਂ ਦਾ ਹੱਥ ਤੇਰੇ ਤੇ ਮੈਨੂੰ ਪਤਾ ਨਹੀਂ ਕਈ ਵਾਰ ਮੈਂ ਬੈਠਾ ਸੋਚਦਾ ਹੁੰਨਾ इमोशनल ਵੀ ਹੋ ਜਾਂਦਾ ਪਰ ਹੁਣ ਇਦਾਂ ਦਾ ਹੋ ਗਿਆ ਜਿੱਦਾਂ ਦਿਲ ਵੀ ਇਦਾਂ ਦਾ ਹੋ ਗਿਆ ਵੀ ਰੋਣਾ ਵੀ ਨਹੀਂ ਆਉਂਦਾ ਛੇਤੀ ਹਨਾ ਜੋ ਕੁਝ ਵੀ ਚੱਕਰ ਚੱਲਦਾ ਪਰ ਕਹਿਰੀ ਹੁੰਦਾ ਵੀ ਚਲੋ ਜੋ ਵੀ ਹੋ ਰਿਹਾ ਸਹੀ ਹੋ ਰਿਹਾ ਪਰ ਇੱਥੋਂ ਹੀ ਆ ਜੀ ਬਾਬੇ ਦੀ ਕਿਰਪਾ ਵਾ ਸਹੀ ਹੋ ਜਾਂਦਾ ਸਾਰਾ ਕੁਝ ਕਰੋਂ ਮੇਰੇ ਫਾਦਰ ਸਾਹਿਬ ਨਹੀਂ ਹਾਂਜੀ ਔਰ ਮੈਨੂੰ ਕਈ ਵਾਰੀ ਸੱਚੀ ਲੱਗਦਾ ਹੁੰਦਾ ਹੈ ਕਿ ਜੋ ਜੋ ਜ਼ਿੰਦਗੀ ਦੇ ਵਿੱਚ ਹੋ ਰਿਹਾ ਨਾ ਉਹ ਗਾਈਡ ਕਰ ਰਹੇ ਨੇ ਕਿੱਦਾਂ ਕਰ ਰਹੇ ਨੇ ਮੈਨੂੰ ਇਹ ਨਹੀਂ ਪਤਾ ਬਿਲਕੁਲ ਜਿਉ ਹੁੰਦੇ ਮਾਂ ਬਾਪ ਇੱਥੇ ਹੁੰਦੇ ਤਾਂ ਰੋਕ ਟੋਕ ਕਰਦੇ ਕਿ ਇਹ ਕਿਹੜੇ ਪਾਸੇ ਲੱਗਿਆ ਹੋਇਆ ਹੈ ਗੀਤ ਗਾਈ ਜਾਣਾ ਹੈ ਸਟੇਜਾਂ ਤੇ ਚੜੀ ਜਾਣਾ ਹੈ ਟਾਈਮ ਵੇਸਟ ਕਰਦੇ ਜਾਂ ਤੁਹਾਨੂੰ ਲੱਗਦਾ ਹੈ ਉਹ ਕਹਿੰਦੇ ਸਾਨੂੰ ਬਹੁਤ ਮਾਣ ਹੈ ਤੇਰੇ ਤੇ ਸ਼ਾਇਦ ਮੜੀ-ਮੁਟੀ ਰੋਕ ਟੋਕ ਹਰੇਕ ਕਰਦੇ ਕਰਦੀ ਹੁੰਦੇ ਆ ਸ਼ਾਇਦ ਕਰਦੇ ਪਰ ਜੇ ਉਹਨਾਂ ਨੂੰ ਪਤਾ ਲੱਗਦਾ ਨਾਲ ਦੀ ਨਾਲ ਵੀ ਵਧੀਆ ਕਰੀ ਜਾਂਦਾ ਸ਼ਾਇਦ ਕਰ ਲੈਣ ਦਿੰਦੇ ਉਹ ਮੈਨੂੰ ਇਹੀ ਹੁੰਦਾ ਵੀ ਜੇ ਕਾਸ਼ ਉਹ ਹੁੰਦੇ ਅੱਜ ਦੇ ਟਾਈਮ 'ਚ ਤਾਂ ਉਹਨੂੰ ਮੈਂ ਚੰਗਾ ਟਾਈਮ ਦਿਖਾ ਸਕਦਾ ਉਹਨਾਂ ਮੇਰਾ ਮੇਰਾ ਡੈਡੀ ਵੀ ਸਾਰਿਆਂ ਨੂੰ ਇਹੀ ਆ ਕਈ ਮੈਨੂੰ ਦੇਖ ਕੇ ਕਹਿੰਦੇ ਆ ਯਾਰੇ ਫੁਕਰੇ ਆ ਵੀ ਇਹ ਤਾਂ ਐ ਗੱਡੀਆਂ 'ਚ ਘੁੰਮਦੇ ਆ ਜਿਵੇਂ ਨਾ ਮੰਦਿਰ ਮੈਂ ਅਸੀਂ ਦੱਸਣਾ ਚਾਹੁੰਦਾ ਵੀ ਮੇਰਾ ਡੈਡੀ ਵੀ 5000 ਰੁਪਏ ਦੀ ਤਨਖਾਹ ਤਨਖਾਹ ਤੇ ਕੰਮ ਕਰਦਾ ਰਿਹਾ ਇੰਡੀਆ ਸੁਸਾਇਟੀ 'ਚ ਮੈਂ ਵੀ ਜਮ੍ਹਾਂ ਹੀ ਮਿਡਲ ਕਲਾਸ ਫੈਮਿਲੀ 'ਚੋਂ ਬਾਰ ਨੂੰ ਮੈਂ ਕੋਠੀ ਪਾ ਸਕਦਾ ਪਰ ਮੈਂ ਉੱਥੇ ਰੱਖਿਆ ਹੋਇਆ ਉਹ ਮੈਨੂੰ ਵਧੀਆ ਲੱਗਦਾ ਉੱਥੇ ਰਹਿਣਾ ਹਨਾ ਆਉਣਾ ਕਿਹਨੇ ਆਣਾ ਦਾ ਮੇਰੇ ਮੰਮੀ ਰੈਡੀ ਨੇ ਆਉਣਾ ਨਾ ਕਿਸੇ ਰਿਸ਼ਤੇਦਾਰ ਨੇ ਆ ਕੇਣਾ ਵੀ ਵਧੀਆ ਕਰ ਲਿਆ ਉਹ ਮੇਰੇ ਮਨ ਨੂੰ ਸਕੂਨ ਐ ਸੈਟੀਸਫੈਕਸ਼ਨ ਆ ਮੈਨੂੰ ਆਈ ਜਾਂਦੀ ਉਹ ਮੈਨੂੰ ਵਧੀਆ ਲੱਗਦਾ ਹਨਾ ਸੋ ਕਾਸ਼ ਉਹ ਜੇ ਹੁੰਦੇ ਤਾਂ ਮੈਂ ਉਹਨੂੰ ਦਿਖਾਉਣ ਜੋਗਾ ਹੁੰਦਾ ਐ ਏਟਲੀਸਟ ਵੀ ਮੈਂ ਕੁਝ ਕਰ ਗਿਆ ਹਨਾ ਜੇ ਜਦੋਂ ਕਿਤੇ ਸਟੇਜ ਤੇ ਜਾਂਦਾ ਨਾ ਬਾਕੀ ਆਰਟਿਸਟਾਂ ਦੇ ਮੰਮੀ ਰੈਡੀ ਜਾਂਦੇ ਆ ਵੀ ਆਹ ਮੇਰਾ ਬਾਪੂ ਖੜਾ ਪਿੱਛੇ ਆ ਖੜਾ ਨਾ ਮੈਨੂੰ ਵੀ ਦੇਖ ਕੇ ਹੁੰਦਾ ਵੀ ਯਾਰ ਕਾਸ਼ ਮੇਰਾ ਵੀ ਹੁੰਦਾ ਪਰ ਕੋਈ ਚੱਕਰ ਨਹੀਂ ਮੈਨੂੰ ਇਹ ਹੀ ਆ ਵੀ ਲੋਕ ਜੱਜ ਬਹੁਤ ਸ਼ੀਤੀ ਕਰ ਦਿੰਦੇ ਆ ਤੁਹਾਨੂੰ ਬਿਨਾ ਜਾਣੇ ਵੀ ਇਹ ਬੰਦਾ ਫੁਕਰਾ ਜਾਂ ਕੁਝ ਵੀ ਆ ਹਨਾ ਪਰ ਇਦਾਂ ਇਦਾਂ ਕਰਨਾ ਨਹੀਂ ਚਾਹੀਦਾ ਕਿਉਂਕਿ ਤੁਹਾਨੂੰ ਉਹਦੀ ਬੰਦੇ ਦੀ ਸਟੋਰੀ ਨਹੀਂ ਪਤਾ ਜਸਬਿਕ ਉਸ ਉਹ ਦੱਸ ਨਹੀਂ ਰਿਹਾ ਤੁਹਾਨੂੰ ਆ ਕੇ ਆਪਣਾ ਸੌਰੀ ਆਮ ਖਾਂਡ ਗੇਰਿੰਗ ਇਮੋਸ਼ਨਲ ਪਰ ਵੀ ਜੇ ਹੁਣ ਮੈਂ ਇੰਸਟਾਗ੍ਰam ਲਾਈਵ ਹੋ ਕੇ ਮੈਂ ਕਹਿ ਨਹੀਂ ਰਿਹਾ ਹੈਗਾ ਵੀ ਵੀ ਯਾਰ ਮੈਂ ਤਾਂ ਬਹੁਤ ਚੰਗਾ ਇਨਸਾਨ ਆਂ ਦਾ ਕੁਝ ਵੀ ਨਹੀਂ ਪਰ ਮੈਂ ਜਿੰਨਾ ਕਰਦਾ ਨਹੀਂ ਮੈਨੂੰ ਇਦਾਂ ਹੁੰਦਾ ਵੀ ਕੋਈ ਫਾਇਦਾ ਨਹੀਂ ਕਿਸੇ ਨੇ ਇੱਕ ਦਿਨ ਸੁਣਨਾ ਨਾ ਮੁੜ ਕੇ ਕਿਸੇ ਨੇ ਸੁਣਨਾ ਨਹੀਂ ਕਦੇ ਹੁੰਦਾ ਨਹੀਂ ਪਰ ਥੋੜਾ ਬਹੁਤਾ ਹੋ ਜਾਂਦਾ ਨਾ ਪਰ ਇਹ ਆ ਡੋ ਨੋ ਪਦਾਰੀ ਬੜੀਆ ਸਾਰਾ ਕੁਝ ਸਹੀ ਹੈ ਚੱਲ ਜਾਂਦਾ ਗੁਰਤੀ ਕਿੱਥੋਂ ਮਿਲੀ ਹੈ ਲਿਖਣ ਦੀ ਗੁਰਤੀ ਗਾਇਕੀ ਦੀ ਗੁਰਤੀ ਕਿੱਥੋਂ ਮਿਲੀ ਹੈ ਮੈਨੂੰ ਬਾਅਦ ਚੋਂ ਪਤਾ ਲੱਗਿਆ ਸੀਗਾ ਮੇਰੀ ਸਿਸਟਰ ਤੋਂ ਵੀ ਮੇਰੇ ਡੈਡੀ ਮਾੜਾ ਮੋਟਾ ਲਿਖਦਾ ਹੁੰਦਾ ਸੀਗਾ ਜਿੱਦਾਂ ਉਹ ਇਦਾਂ ਨਹੀਂ ਸੀ ਲਿਖਦਾ ਹੁੰਦਾ ਗਾਣੇ ਵਗੈਰਾ ਪਰ ਜਿੱਦਾਂ ਉਹਨੂੰ ਲਿਖਣ ਦਾ ਸ਼ੌਂਕ ਸੀ ਜਾਂ ਕੋਈ ਵੀ ਚਿੱਠੀ ਲਿਖਦੀ ਜਾਂ ਕੁਝ ਵੀ ਹੈ ਨਾ ਮੈਨੂੰ ਇਹ ਸੀਗਾ ਫਿਰ ਮੈਨੂੰ ਲੱਗਦਾ ਸ਼ਾਇਦ ਮੇਰੇ ਡੈਡੀ ਤੋਂ ਹੀ ਆ ਹੋਵੇ